ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸੰਗਤਾਂ ਦੇ ਨਾਲ 18 ਮਾਰਚ ਤੋਂ ਬਾਅਦ ਪਹਿਲੀ ਵਾਰ ਵਿਚਾਰਨ ਦੀ ਸਾਂਝ ਪਾ ਰਹੇ ਹਾਂ। ਸੋ ਜੋ ਕੁਛ 18 ਮਾਰਚ ਨੂੰ ਵਾਪਰਿਆ, ਪਹਿਲਾਂ ਤਾਂ ਥੋੜ੍ਹੀ ਜਿਹੀ ਗੱਲਬਾਤ ਉਹਦੇ ਬਾਰੇ ਕਰਨੀ ਹੈ। ਜੇ ਸਰਕਾਰ ਦੀ ਮਨਸ਼ਾ ਕੇਵਲ ਗ੍ਰਿਫਤਾਰੀ ਦੀ ਹੁੰਦੀ ਤਾਂ ਸਰਕਾਰ ਸਾਨੂੰ ਕਰਵਾ ਕੇ ਗ੍ਰਿਫਤਾਰ ਕਰਨ ਲਈ ਕਹਿੰਦੀ ਅਤੇ ਅਸੀਂ ਗ੍ਰਿਫਤਾਰੀ ਦੇ ਵੀ ਦਿੰਦੇ। ਪਰ ਸਰਕਾਰ ਨੇ ਜਿਹੜਾ ਰਵੱਈਆ ਅਪਣਾਇਆ, ਉਹਨਾਂ ਨੇ ਲੱਖਾਂ ਦੀ ਫੋਰਸ ਲਾ ਕੇ, ਘੇਰਾ ਪਾ ਕੇ ਜਿਹੜਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਉਸ ਘੇਰੇ 'ਚੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕਰਕੇ ਸਾਨੂੰ ਕੱਢਿਆ। ਸਾਨੂੰ ਉਸ ਮੌਕੇ ਤੱਕ ਇਹ ਲੱਗਦਾ ਸੀ ਵੀ ਸਰਕਾਰ ਸਾਨੂੰ ਮਾਲਵੇ 'ਚ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਜੋ ਅਸੀਂ ਵਹੀਰ ਨਾ ਸ਼ੁਰੂ ਕਰ ਸਕੀਏ। ਸਾਨੂੰ ਲੱਗਾ ਵੀ ਸਾਨੂੰ ਮਾਲਵੇ ਦੇ ਵਿੱਚ ਜਾਣਾ ਚਾਹੀਦਾ ਅਤੇ ਉੱਥੇ ਜਾ ਕੇ ਵਹੀਰ ਸ਼ੁਰੂ ਕਰਨੀ ਚਾਹੀਦੀ। ਉਸ ਲਈ ਸਾਨੂੰ ਉੱਥੇ ਪਹੁੰਚਣ ਲਈ ਕਿਸੇ ਵੀ ਤਰੀਕੇ ਦੀ ਵਰਤੋਂ ਕਰਨੀ ਪੈ ਸਕਦੀ। ਸੋ ਜਦੋਂ ਇੰਟਰਨੈਟ ਬੰਦ ਹੋ ਗਿਆ, ਸਾਡਾ ਕਿਸੇ ਨਾਲ ਸੰਪਰਕ ਨਾ ਰਿਹਾ, ਸਾਨੂੰ ਪਹਿਲਾਂ ਤਾਂ ਖਬਰਾਂ ਦਾ ਨਹੀਂ ਪਤਾ ਲੱਗਾ ਕਿੰਨੇ ਸਮੇਂ ਵੀ ਕੀ ਵਾਪਰ ਰਿਹਾ। ਸੋ ਮੈਨੂੰ ਅੱਜ ਜਦੋਂ ਮੈਂ ਸੰਗਤਾਂ ਦੇ ਸੰਬੋਧਨ ਕਰ ਰਿਹਾ, ਉਸ ਤੋਂ ਲੈ ਕੇ ਹੁਣ ਮੈਂ ਕੁਛ ਖਬਰਾਂ ਦੇਖੀਆਂ ਨੇ, ਮੈਂ ਸਮਝਿਆ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ। ਜੋ ਜ਼ੁਲਮ ਦੀ ਹੱਦ ਪੰਜਾਬ ਦੀ ਸਰਕਾਰ ਨੇ ਟੱਪੀ ਹੈ, ਜਿਵੇਂ ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਦੋਸ਼ੀ ਬਣਾ ਕੇ ਜੇਲ੍ਹਾਂ 'ਚ ਸੁੱਟਿਆ, ਜਿਵੇਂ ਉਹਨਾਂ ਨੇ ਔਰਤਾਂ, ਬੀਬੀਆਂ, ਬੱਚਿਆਂ ਕਿਸੇ ਨੂੰ ਨਹੀਂ ਬਖਸ਼ਿਆ, ਉਹਨਾਂ ਨੇ ਅਪਾਹਜ ਨੌਜਵਾਨਾਂ ਨੂੰ ਜਿਹੜਾ ਹੈ ਉਹ ਦੋਸ਼ੀ ਬਣਾ ਕੇ ਜੇਲ੍ਹਾਂ 'ਚ ਸੁੱਟ ਦਿੱਤਾ ਹੈ। ਇਹ ਉਹੀ ਕੰਮ ਹੈ ਜਿਹੜਾ ਕਿਸੇ ਸਮੇਂ ਬੇਨਤੀ ਦੀ ਸਰਕਾਰ ਨੇ ਪੰਜਾਬ ਦੇ ਸਿੱਖਾਂ ਨਾਲ ਕੀਤਾ ਸੀ। ਸੋ ਦੁਨੀਆ ਭਰ ਦੇ ਵਿੱਚ ਰੋਸ ਮੁਜ਼ਾਹਰੇ ਹੋਏ। ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਗ੍ਰਿਫਤਾਰੀ, ਉਹਨਾਂ ਨੂੰ ਲੱਗਾ ਸੀ ਗ੍ਰਿਫਤਾਰੀ ਹੋ ਗਈ ਹੈ, ਜਾਂ ਕਿਸੇ ਵੀ ਸੰਬੰਧ ਦੇ ਵਿੱਚ ਉਹਨਾਂ ਨੇ ਰੋਸ ਮੁਜ਼ਾਹਰੇ ਕੀਤੇ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੋਰਚੇ ਲਾਏ, ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਪਰ ਸਾਡੇ ਹਾਲਾਤਾਂ ਲਈ ਇਹ ਸਮਝਣ ਦੀ ਸਾਨੂੰ ਜ਼ਰੂਰਤ ਹੈ ਵੀ ਇਹ ਇਕੱਲੀ ਮੇਰੀ ਗ੍ਰਿਫਤਾਰੀ ਦਾ ਮਸਲਾ ਨਹੀਂ, ਇਹ ਮਸਲਾ ਸਿੱਖ ਕੌਮ 'ਤੇ ਹਮਲੇ ਦਾ ਹੈ। ਮੈਨੂੰ ਗ੍ਰਿਫਤਾਰੀ ਦੇਣ ਤੋਂ ਨਾ ਪਹਿਲਾਂ ਡਰ ਲੱਗਦਾ ਸੀ ਨਾ ਅੱਜ ਲੱਗਦਾ। ਸੋ ਇਸ ਕਰਕੇ ਮੈਂ ਸੰਗਤਾਂ ਨੂੰ ਅਪੀਲ ਕਰਦਾ, ਜਿਹੜੀ ਜਥੇਦਾਰ ਸਾਹਿਬ ਨੇ ਇੱਕ ਮੁਲਾਕਾਤ ਸੱਦੀ ਸੀ, ਉਹ 'ਚ ਇੱਕ ਫੈਸਲਾ ਹੋਇਆ। ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਜਿਹੜਾ ਸੀ ਜਥੇਦਾਰ ਸਾਹਿਬ ਨੇ ਦਿੱਤਾ, ਪਰ ਸਰਕਾਰ ਨੇ ਅੱਗੋਂ ਅਕਾਲ ਤਖਤ ਸਾਹਿਬ ਦੀ ਹੋਂਦ ਹਸਤੀ ਨੂੰ ਜਿਹੜਾ ਉਹ ਚੈਲੰਜ ਕਰਦਿਆਂ ਇੱਕ ਟੀਚਰ ਕੀਤੀ ਹੈ ਜਿਹੜੀ ਬਹੁਤ ਹੀ ਨੀਵੇਂ ਪੱਧਰ ਦੀ ਹੈ। ਸੋ ਮੈਨੂੰ ਐਂ ਲੱਗਦਾ ਵੀ ਜਥੇਦਾਰ ਸਾਹਿਬ ਨੂੰ ਹੁਣ ਇਸ ਮਸਲੇ ਦੇ ਉੱਤੇ ਬਹੁਤ ਸਖ਼ਤ ਸਟੈਂਡ ਲੈਣਾ ਚਾਹੀਦਾ। ਜਥੇਦਾਰ ਸਾਹਿਬ ਨੂੰ ਚਾਹੀਦਾ ਵੀ ਵਿਸਾਖੀ ਦੇ, ਦਮਦਮਾ ਸਾਹਿਬ ਦੇ ਵਿਸਾਖੀ ਦੇ ਮੇਲੇ ਦੇ ਉੱਤੇ ਸਰਬੱਤ ਖਾਲਸਾ ਸੱਦਿਆ ਜਾਵੇ। ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਜਿੱਥੇ ਵੀ ਸਿੰਘ ਸੰਗਤਾਂ ਬੈਠੀਆਂ ਨੇ, ਉਹ ਵੱਧ ਚੜ੍ਹ ਕੇ ਸਰਬੱਤ ਖਾਲਸਾ ਜਿਹੜਾ ਵਿਸਾਖੀ 'ਤੇ ਹੋਵੇ, ਉਹਦੇ 'ਚ ਹਿੱਸਾ ਪਾਉਣ ਅਤੇ ਉੱਥੇ ਸਾਡੇ ਕੌਮ ਦੇ ਮਸਲਿਆਂ ਦੀ ਗੱਲਬਾਤ ਹੋਵੇ। ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਡੀ ਜਿਹੜੀ ਕੌਮ ਹੈ ਉਹ ਵੱਖ ਵੱਖ ਮਸਲਿਆਂ 'ਤੇ ਛੋਟੇ ਮੋਟੇ ਮੋਰਚੇ ਲਾ ਕੇ ਉਲਝ ਰਹੀ ਹੈ। ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ, ਜੇ ਫੜੋ ਫੜਾਈ ਕੀਤੀ ਗਈ ਨੌਜਵਾਨ ਅਸੀਂ ਛਡਾਉਣੇ ਆ,